ਡਰਾਈਵਿੰਗ ਸਕੂਲਾਂ ਨੂੰ ਮਾਨਤਾ ਦੇਣ ਵੱਲ ਵੀ ਧਿਆਨ ਕਰੇ ਪੰਜਾਬ ਸਰਕਾਰ। ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਦੇ ਮਾਣਯੋਗ ਸੁਪਰੀਮ ਕੋਰਟ ਨੇ ਸਖ਼ਤ ਹੁਕਮਾਂ ਨੂੰ ਵਿਸਤਾਰਨ ਕਰਕੇ ਲਗਾਤਾਰ ਸੜਕੀ ਹਾਦਸੇ ਵੱਧ ਰਹੇ ਹਨ। ਡਰਾਈਵਿੰਗ ਸਕੂਲਾਂ ਦੀ ਮਾਨਤਾ ਪ੍ਰਾਪਤੀ ਭ੍ਰਿਸ਼ਟਾਚਾਰ ਦੇ ਰਾਹੀਂ ਹੋਣ ਦਾ ਠੋਸ ਸਬੂਤ ਉਸ ਵੇਲੇ ਸਾਹਮਣੇ ਆਇਆ ਜਦੋਂ ਸਾਡੀ ਨਿਊਜ਼ ਟੀਮਾਂ ਦੇ ਸੂਤਰਾਂ ਨੇ ਜ਼ਿਲ੍ਹੇ ਦੇ ਵੱਖ ਵੱਖ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲਾਂ ਦਾ ਗੁਪਤ ਨਿਰੀਖਣ ਕੀਤਾ। ਸਰਕਾਰ ਜਿੱਥੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਖ ਰੇਖ ਦੇ ਚੱਲ ਰਹੇ ਸਾਰੇ ਡਰਾਈਵਿੰਗ ਸਕੂਲਾਂ ਵਿੱਚੋਂ ਸਿਰਫ ਮਲੋਟ ਦਾ ਇਕਲੌਤਾ ਡਰਾਈਵਿੰਗ ਸਕੂਲ ਹੀ ਅਜਿਹਾ ਦੇਖਿਆ ਗਿਆ ਹੈ ਜੋ ਸਭ ਸ਼ਰਤਾਂ ਨੂੰ ਪੂਰਾ ਕਰਦਾ ਹੈ। ਹਾਂਜੀ, ਕੀ ਤੁਹਾਡਾ ਨਾਂ, ਕੀ ਕਹਿਣਾ ਚਾਹੋਗੇ ਵੀ ਤੁਸੀਂ ਕਾਰ ਦੀ ਸਿਖਲਾਈ ਦਿੰਦੇ ਹੈਗੇ, ਟ੍ਰੇਨਰ ਹੈਗੇ ਹੋ, ਕਿਸ ਤਰ੍ਹਾਂ ਦੇ ਜਿਹੜਾ ਕਿ ਸਿਖਲਾਈ ਦਿੰਦੇ ਹੋ? ਮੇਰਾ ਨਾਂ ਭੁਪਿੰਦਰ ਸਿੰਘ ਹੈਗਾ ਜੀ, ਅਤੇ ਇਹਨੇ ਸਾਡੇ ਕੋਲ 15 ਦਿਨਾਂ ਦੇ ਜਿਵੇਂ ਕੋਰਸ ਹੁੰਦਾ ਹੈਗਾ ਕਾਰ ਡਰਾਈਵਿੰਗ ਦਾ, ਜਿਹਦੇ ਵਿੱਚ ਕਿ ਅਸੀਂ ਫਸਟ ਡੇ ਜਿਹੜਾ ਹੈਗਾ ਅਸੀਂ ਸਿਮੂਲੇਟਰ ਦੇ ਉੱਪਰ ਲਗਵਾਉਂਦੇ ਹੈਗੇ ਹਾਂ। ਸਿਮੂਲੇਟਰ ਇੱਕ ਬਣੀ ਦਣੀ ਮਿੰਨੀ ਕਾਰ ਹੈਗੀ ਹੈ ਜਿਹਦੇ ਵਿੱਚ ਕਿ ਬਿਲਕੁਲ ਕਾਰ ਵਰਗੇ ਫੰਕਸ਼ਨ ਹੁੰਦੇ ਹੈਗੇ ਆ। ਅੱਛਾ, ਉਹਦੇ ਵਿੱਚ ਕੀ ਹੈ, ਜਿਵੇਂ ਅਸੀਂ ਚਲਾਉਣ ਤੋਂ ਪਹਿਲਾਂ ਜਿਵੇਂ ਬੱਚੇ ਨੂੰ ਪਤਾ ਨਹੀਂ ਹੁੰਦਾ ਹੈਗਾ ਕੋਈ, ਇਸ ਦੇ ਵਿੱਚ ਕਲੱਚ ਕਿਸ ਤਰ੍ਹਾਂ ਹੁੰਦਾ, ਬ੍ਰੇਕ ਕਿੱਥੇ ਹੁੰਦੀ ਹੈਗੀ ਹੈ, ਸਟਾਰਟ ਕਿਵੇਂ ਕਰਨੀ ਹੈ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਨੂੰ ਇੱਕ ਕਿਨਾਂ ਦੇ ਬੰਦ ਕਮਰੇ ਦੇ ਵਿੱਚ ਉੱਥੇ ਕਾਰ ਦੇ ਉੱਪਰ ਸਾਰਾ ਕੁਝ ਸਮਝਾ ਦਿੱਤਾ ਜਾਂਦਾ, ਜਿਹਦੇ ਵਿੱਚ ਕੀ ਹੈ ਕਿਸੇ ਨੂੰ ਕੋਈ ਖਤਰਾ ਨਹੀਂ ਹੋਣਾ। ਠੀਕ ਹੈ, ਅਗਰ ਰੋਡ ਦੇ ਉੱਪਰ ਚਲਵਾਉਣੇ ਹੈਗੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਹੈ ਨਾ ਉਹਨਾਂ ਨੂੰ ਨਹੀਂ ਧਿਆਨ ਰਹਿੰਦਾ ਹੈਗਾ। ਅੱਛਾ, ਉਹਦੇ ਵਿੱਚ ਆਰਾਮ ਨਾਲ ਬੰਦਾ ਇੱਕ ਹੈ ਨਾ ਸਮਝਦਾਰੀ ਨਾਲ ਉੱਥੇ ਸਿੱਖ ਸਕਦਾ ਹੈਗਾ। ਉਹਦੇ ਵਿੱਚ ਅਸੀਂ ਪਹਿਲੇ ਦਿਨ ਜਿਹੜੀ ਹੈਗੀ ਟ੍ਰੇਨਿੰਗ ਦਿੰਦੇ, ਉਹਦੇ ਵਿੱਚ ਦੇਖਦੇ ਹੈਗੇ ਵੀ ਬੱਚਿਆਂ ਨੂੰ ਦੱਸਦੇ ਹਾਂ ਵੀ ਆਪਾਂ ਕਾਰ ਨੂੰ ਸਟਾਰਟ ਕਿਵੇਂ ਕਰਦੇ ਹਾਂ, ਸਟਾਰਟ ਕਰਨ ਤੋਂ ਪਹਿਲਾਂ ਕਿਹੜੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ, ਕਲੱਚ ਕਿੱਥੇ ਹੈ, ਬ੍ਰੇਕ ਕਿੱਥੇ ਹੈਗਾ, ਹੈਂਡ ਬ੍ਰੇਕ ਕਿੱਥੇ ਹੈ, ਇੰਡੀਕੇਟਰ ਕਿਸ ਤਰ੍ਹਾਂ ਲਗਾਉਣੇ ਹੈਗੇ ਆ, ਰੁਕਣਾ ਕਿਸ ਤਰ੍ਹਾਂ, ਡਿੱਪਰ ਕਿਸ ਤਰ੍ਹਾਂ ਦੇਣੇ ਹੈਗੇ ਆ, ਲਾਈਟਿੰਗ ਵਗੈਰਾ ਦਾ ਸਾਰਾ ਸਿਸਟਮ। ਅੱਛਾ, ਉਸ ਤੋਂ ਬਾਅਦ ਕੀ ਹੈਗਾ, ਅਸੀਂ ਇੱਕ ਪੰਪਲੇਟ ਦਾ ਇਸ ਤਰ੍ਹਾਂ ਦਾ ਬਣਵਾਇਆ ਹੋਇਆ ਹੈਗਾ ਜੋ ਅਸੀਂ ਕੀ ਨਾਂ ਦੇ ਫਸਟ ਡੇ ਬੱਚੇ ਨੂੰ ਦਿੰਦੇ ਹਾਂ। ਸਾਰੀਆਂ ਚੀਜ਼ਾਂ ਇਹਨੂੰ ਸਮਝਾਉਣ ਤੋਂ ਬਾਅਦ ਉਹਨੂੰ ਬੱਚੇ ਨੂੰ ਇਹ ਚੀਜ਼ ਦੇ ਦਿੱਤੀ ਜਾਂਦੀ ਹੈਗੀ ਹੈ। ਉਹਦੇ ਵਿੱਚ ਕੀ ਹੈ, ਉਹਨੂੰ ਕਹੀਦਾ ਵੀ ਇਸ ਚੀਜ਼ ਨੂੰ ਰੀਡ ਕਰਨਾ ਹੈਗਾ, ਤੁਸੀਂ ਦੇਖਣਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈਗਾ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਨਾਂ ਦੇ ਅਗਰ ਕੋਈ ਚੀਜ਼ ਰਹਿ ਜਾਂਦੀ ਹੈਗੀ ਹੈ ਬੱਚੇ ਤੋਂ, ਕੋਈ ਚੀਜ਼ ਛੋਟ ਜਾਂਦੀ, ਉਹਦੇ ਵਿੱਚ ਕੀ ਉਹਨੂੰ ਫਿਰ ਦੁਬਾਰਾ ਅਸੀਂ ਕੀ ਨਾਂ ਦੇ ਦੱਸਦੇ ਹੈਗੇ ਹਾਂ, ਬਕਾਇਦਾ ਉਹਦੀ ਕਲਾਸਿਸ ਲਗਾਉਂਦੇ ਹੈਗੇ ਹਾਂ। ਠੀਕ ਹੈ, ਅੱਛਾ, ਉਹਦੇ ਵਿੱਚ ਅਸੀਂ ਜਦੋਂ ਸੈਕਿੰਡ ਡੇ ਅਸੀਂ ਇਹਨੂੰ ਦਾਣਾ ਮੰਡੀ ਦੇ ਵਿੱਚ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਕੀ ਨਾਂ ਦੇ ਜ਼ਿਆਦਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਉਹ ਬੱਚਾ ਪਹਿਲਾਂ ਹੀ ਟ੍ਰੇਨਡ ਹੋ ਚੁੱਕਿਆ ਹੁੰਦਾ। ਕਿ ਉਹਦਾ ਰੀਜਨ ਇਹ ਹੈਗਾ ਵੀ ਅਸੀਂ ਉਹਨੂੰ ਸਿਮੂਲੇਟਰ ਦੇ ਇੱਕ ਇੱਕ ਬਰੀਕ ਚੀਜ਼ ਸਮਝਾ ਦਿੱਤੀ ਜਾਂਦੀ ਹੈਗੀ ਹੈ। ਮਿਨਿਸਟਰੀ ਆਫ ਗੌਰਮੈਂਟ ਨੇ ਜਿਹੜਾ ਡਰਾਈਵਿੰਗ ਸਕੂਲ ਦਾ ਲਾਇਸੈਂਸ ਲੈਣ ਲਈ ਕੁਛ ਚੀਜ਼ਾਂ ਨੂੰ ਜ਼ਰੂਰੀ ਕੀਤਾ ਗਿਆ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਆਉਂਦਾ ਰੋਡ ਸਾਇੰਸ, ਉਸ ਤੋਂ ਬਾਅਦ ਆਉਂਦਾ ਹੈ ਜਿਵੇਂ ਅੱਗ ਬੁਝਾਊ ਯੰਤਰ, ਟੂਲ ਕਿੱਟ, ਪੈਂਚਰ ਕਿੱਟ, ਇਸ ਤੋਂ ਬਾਅਦ ਜਿਵੇਂ ਇੰਸਟਰਕਟਰ ਮੈਨੂਅਲ, ਟੋਇਲੈਟ, ਬਾਥਰੂਮ, ਇਸ ਤੋਂ ਬਾਅਦ ਸਾਡੇ ਕੋਲ ਸਿਮੂਲੇਟਰ ਆਉਂਦਾ ਹੈ। ਸਿਮੂਲੇਟਰ ਕੀ ਕੰਮ ਕਰਦਾ ਹੈ, ਜਦੋਂ ਵੀ ਕੋਈ ਬੱਚਾ ਐਡਮਿਸ਼ਨ ਲੈਂਦਾ ਹੈ ਤਾਂ ਉਹ ਜਦੋਂ ਸਿੱਧਾ ਹੀ ਕਾਰ ਵਿੱਚ ਬੈਠ ਜਾਂਦਾ ਹੈ, ਜਿਸ ਨਾਲ ਕਿ ਹਾਦਸਿਆਂ ਦਾ ਜਿਹੜਾ ਕਾਰਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜਦੋਂ ਇਸ ਬੱਚੇ ਨੂੰ ਅਸੀਂ ਬੱਚੇ ਨੂੰ ਡਰਾਈਵਿੰਗ ਸਿਮੂਲੇਟਰ ਦੇ ਵਿੱਚ ਬਿਠਾਉਂਦੇ ਹਾਂ ਤਾਂ ਉਸ ਨਾਲ ਕੀ ਹੈ, ਉਸਦਾ ਕੌਨਫੀਡੈਂਸ ਇਨਕਰੀਜ਼ ਹੋ ਜਾਂਦਾ, ਜਿਸ ਨਾਲ ਕੀ ਹੈ ਹਾਦਸਿਆਂ 'ਤੇ ਕੰਟਰੋਲ ਪਾਇਆ ਜਾਂਦਾ। ਅਤੇ ਜਿਹੜਾ ਸਿਮੂਲੇਟਰ ਵਰਕ ਕੀ ਕਰਦਾ, ਇਸ ਨਾਲ ਕੀ ਹੈ ਉਸਨੂੰ ਰੋਡ ਦੀ ਕੰਡੀਸ਼ਨ, ਟ੍ਰੈਫਿਕ ਦੀ ਕੰਡੀਸ਼ਨ ਬਾਰੇ ਪਤਾ ਲੱਗ ਜਾਂਦਾ, ਅਤੇ ਜਿਸ ਨਾਲ ਕਿ ਉਹ ਗੱਡੀ ਚਲਾਉਣ ਦੇ ਵਿੱਚ ਸਮਰੱਥ ਹੋ ਜਾਂਦਾ, ਅਤੇ ਜਿਹਦੇ ਨਾਲ ਕੀ ਹੈ ਉਸਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਗੱਡੀ ਚਲਾਉਣ 'ਚ। ਬਿਲਕੁਲ ਜੀ, ਪਰਿਵਾਰ ਦੀ ਸਾਈਡ ਦੇ ਉੱਤੇ ਇਹ ਜਿਹੜੀ ਹੈ ਡਰਾਈਵਿੰਗ ਸਿਮੂਲੇਟਰ ਹੈ, ਇਸਨੂੰ ਬਹੁਤ ਹੀ ਸਮੇਂ ਤੋਂ ਪਹਿਲਾਂ ਜ਼ਰੂਰੀ ਕੀਤਾ ਗਿਆ, ਪਰ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਅਜਿਹੇ ਡਰਾਈਵਿੰਗ ਸਕੂਲ ਹੈ ਜਿਹਨਾਂ ਨੇ ਸਿਮੂਲੇਟਰ ਲਗਾਏ। ਮੁੱਖ ਹਦਾਇਤਾਂ ਦੇ ਵਿੱਚ ਤਾਂ ਇਹੀ ਹੁੰਦਾ ਜੀ ਵੀ ਡਰਾਈਵਿੰਗ ਸਕੂਲ ਦੇ ਵਿੱਚ ਜਿਹੜਾ ਸਿਮੂਲੇਟਰ ਹੈ ਬਹੁਤ ਹੀ ਜ਼ਰੂਰੀ ਕੀਤਾ ਗਿਆ, ਅਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਜਿਹੜੇ ਮੈਂ ਤੁਹਾਨੂੰ ਚੀਜ਼ਾਂ ਦੱਸ ਦਿੱਤੀਆਂ, ਟ੍ਰੈਫਿਕ ਸਾਈਨਸ, ਬਲੈਕ ਬੋਰਡ, ਚੇਅਰ, ਕੁਰਸੀਆਂ, ਸਾਰਾ ਇਹ ਸਾਰਾ ਸਾਡੇ ਲਈ ਜ਼ਰੂਰੀ ਕੀਤਾ ਗਿਆ। ਜਦੋਂ ਬੱਚਾ ਡਰਾਈਵਿੰਗ ਸਿੱਖਣੀ ਆਉਂਦਾ ਹੈਗਾ ਉਹਦੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈਗਾ, ਤੁਸੀਂ ਉਹਨੂੰ ਪੁੱਛਿਆ ਕਿ ਉਹਦੇ ਲਾਇਸੈਂਸ ਉਹਦੇ ਕੋਲ ਅਵੇਲੇਬਲ ਹੈਗਾ ਜਾਂ ਕੋਈ ਲਰਨਿੰਗ ਲਾਇਸੈਂਸ ਜਾਂ ਕੋਈ ਹੋਰ? ਦੇਖੋ, ਲਰਨਿੰਗ ਲਾਇਸੈਂਸ ਅਸੀਂ ਬੱਚੇ ਨੂੰ ਕਹਿੰਦੇ ਹਾਂ ਵੀ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ, ਜੇ ਨਹੀਂ ਹੁੰਦਾ ਤਾਂ ਅਸੀਂ ਉਸਦਾ ਅਪਲਾਈ ਕਰ ਦਿੰਦੇ ਹਾਂ, ਸਾਡੇ ਕੋਲ ਇਹ ਵੀ ਫੈਸਿਲਿਟੀ ਹੈਗੀ।